ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਹਰਿਆਣਾ ਨੂੰ ਦੇਣ ਲਈ ਪੰਜਾਬ ਕੋਲ ਪਾਣੀ ਨਹੀਂ ਹੈ। ਉਹਨਾਂ ਕਿਹਾ ਕਿ SYL ਦੇ ਸਮਝੌਤੇ ਵੇਲੇ ਹਾਲਾਤ ਹੋਰ ਸਨ ਅਤੇ ਹੁਣ ਹਾਲਾਤ ਵੱਖਰੇ ਹਨ। ਪੰਜਾਬ ਵਿੱਚ ਪਾਣੀ ਘਟਦਾ ਜਾ ਰਿਹਾ ਹੈ। ਅੱਜ ਚੰਡੀਗੜ੍ਹ ਵਿੱਚ ਪਾਣੀਆਂ ਦੇ ਮੁੱਦੇ 'ਤੇ ਸਰਵ ਪਾਰਟੀ ਦੀ ਬੈਠਕ ਵਿੱਚ ਮਤਾ ਪਾਸ ਕਰਕੇ ਪੰਜਾਬ ਦੇ ਪਾਣੀ ਦੀ ਰਾਖੀ ਕਰਨ ਦਾ ਅਹਿਦ ਲਿਆ ਗਿਆ ਹੈ। ਇਸ ਮੀਟਿੰਗ ਵਿੱਚ ਕਾਂਗਰਸ, ਅਕਾਲੀ ਦਲ, BJP ਅਤੇ ਆਮ ਆਦਮੀ ਪਾਰਟੀ ਦੇ ਲੀਡਰ ਸ਼ਾਮਲ ਸਨ। ਮੀਟਿੰਗ ਵਿੱਚ ਪਾਣੀਆਂ ਦੇ ਮੁੱਦੇ 'ਤੇ ਸਾਰੀਆਂ ਧਿਰਾਂ ਨੇ ਇੱਕਜੁੱਟਤਾ ਪ੍ਰਗਟਾਈ ਹੈ। ਮੀਟਿੰਗ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦਾ ਵਫਦ ਕੇਂਦਰ ਸਰਕਾਰ ਨੂੰ ਵੀ ਮਿਲੇਗਾ। ਪਾਣੀਆਂ ਦੇ ਝਗੜੇ ਦੇ ਨਿਬੇੜੇ ਲਈ ਨਵਾਂ ਟ੍ਰਿਬਿਊਨਲ ਬਣਾਉਣ ਦੀ ਮੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਦੀ ਬੂੰਦ ਵੀ ਨਹੀਂ ਹੈ, ਇਸ ਲਈ ਹੋਰ ਰਾਜ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਬੈਂਸ ਭਰਾਵਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਬਾਰੇ ਕੈਪਟਨ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਿਹੜੀ ਪਾਰਟੀ ਰਜਿਸਟਰ ਕੀਤੀ ਹੈ ਉਸ ਨੂੰ ਹੀ ਬੁਲਾਇਆ ਗਿਆ ਹੈ, ਇਸ ਲਈ ਲੋਕ ਇਨਸਾਫ ਪਾਰਟੀ ਨੂੰ ਸੱਦਾ ਨਹੀਂ ਭੇਜਿਆ ਗਿਆ ਸੀ। ਅੱਜ ਜੈਸੇ ਤੁਹਾਨੂੰ ਪਤਾ ਹੈ ਸਾਡੇ ਪਾਣੀ ਦਾ ਮਸਲਾ, ਉਹਦੇ 'ਤੇ ਸਾਡੀ ਔਲ ਪਾਰਟੀ ਮੀਟਿੰਗ ਹੋਈ ਸੀ ਔਰ ਮੈਨੂੰ ਇਹ ਬੜੀ ਖੁਸ਼ੀ ਹੈ ਹੁੰਦੀ ਹੈ ਇਹ ਕਹਿੰਦੇ ਕਿ ਟੋਟਲੀ ਯੂਨੈਨਿਮਸ ਫੈਸਲਾ ਹੋਇਆ ਇਸ ਇਸ਼ੂ 'ਤੇ, ਇੱਕ ਰੈਜ਼ੋਲਿਊਸ਼ਨ ਅਡੋਪਟ ਕੀਤਾ ਗਿਆ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਆਹ ਰੈਜ਼ੋਲਿਊਸ਼ਨ ਲੇਕਿਨ ਸਰ ਹਰਿਆਣੇ ਦੇ ਐਕਸ ਚੀਫ ਮਿਨਿਸਟਰ ਨੇ ਭੁਪਿੰਦਰ ਸਿੰਘ ਹੁੱਡਾ ਤੁਹਾਡੀ ਪਾਰਟੀ ਦੇ, ਉਹ ਕਹਿ ਚੁੱਕੇ ਨੇ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਕੇਸ ਜਿਹੜਾ ਹੈਗਾ ਜਿੱਤ ਚੁੱਕੇ ਆ, ਚਾਹੇ ਉਹ SYL ਦਾ, ਪੰਜਾਬ ਦੇ ਪਾਣੀਆਂ ਦਾ ਹੈਗਾ। ਔਲ ਪਾਰਟੀ ਮੀਟਿੰਗ ਦਾ ਕੋਈ ਮਹੱਤਵ ਨਹੀਂ, ਟੂ ਟਾਈਮ ਹਾਲਾਤ ਦੇਖਣੇ ਪੈਂਦੇ ਨੇ। ਦੇਰ ਇਜ਼ ਐਨ ਇੰਟਰਨੈਸ਼ਨਲ ਪ੍ਰਿੰਸੀਪਲ, ਹਰ ਕੁਛ ਸਮੇਂ ਬਾਅਦ, ਆਈ ਥਿੰਕ 18 ਸਾਲ ਹੈ 17 ਸਾਲ ਬਾਅਦ ਨਦੀਆਂ ਦਾ ਪਾਣੀ ਚੈੱਕ ਹੁੰਦਾ ਹੈ। ਹੁਣ ਇਰਾਡੀ ਕਮਿਸ਼ਨ ਕਦੋਂ ਹੋਇਆ, 1955 ਦੀ ਐਡਮਿਸ਼ਨ ਕਦੋਂ ਆਪਣੀ ਅਗਰੀਮੈਂਟ ਹੋਈ, ਉਹ ਬਹੁਤ ਹਾਲਾਤ ਬਦਲ ਗਏ ਨੇ। ਇੱਕ ਵਾਰ 17.1 MA ਪਾਣੀ ਸੀ, ਹੁਣ ਦੱਸਦੇ ਨੇ 13 ਹੋ ਗਿਆ ਸੀ ਪਿੱਛੇ। 13 ਤੋਂ ਮੈਂ ਸਮਝਦਾ ਜਿਸ ਤਰੀਕੇ ਨਾਲ ਗਲੇਸ਼ੀਅਰ ਮੈਲਟ ਹੋ ਰਿਹਾ ਉਸ ਤੋਂ ਘੱਟ ਹੋ ਰਿਹਾ। ਤੋ ਜਦੋਂ ਪਾਣੀ ਘੱਟਦਾ ਜਾ ਰਿਹਾ ਹੈ, ਯੂ ਹੈਵ ਟੂ ਹੈਵ ਅ ਨਿਊ ਟ੍ਰਾਈਬਿਊਨਲ ਦੇਖਣ ਨੂੰ। ਵੰਡੋਗੇ ਕੀ ਤੁਸੀਂ? ਹਵਾ ਤਾਂ ਨਹੀਂ ਵੰਡ ਸਕਦੇ ਆਪਾਂ ਨੂੰ, ਪਾਣੀ ਉਹ ਵੰਡਣਾ। ਪਹਿਲਾਂ ਇਹ ਤਾਂ ਚੈੱਕ ਕਰੋ ਕਿ ਨਦੀਆਂ ਦੇ ਵਿੱਚ ਹੈ ਕਿੰਨਾ ਪਾਣੀ, ਉਹ ਟ੍ਰਾਈਬਿਊਨਲ ਪਤਾ ਕਰੂਗੀ, ਉਸ ਤੋਂ ਬਾਅਦ ਹੀ ਉਹ ਆਪਾਂ ਅੱਗੇ ਵੰਡਣਾ। ਡਾਕਟਰ ਸਾਹਿਬ, ਮੀ ਟਾਈਮ ਜਿਸ ਤਰ੍ਹਾਂ ਦਿੱਲੀ ਗੌਰਮੈਂਟ ਨੇ ਹਿਮਾਚਲ ਗੌਰਮੈਂਟ ਨਾਲ ਐਗਰੀਮੈਂਟ ਕੀਤਾ ਪਾਣੀ ਦੇ ਪੈਸੇ ਲੈਣ ਦਾ, ਤੇ ਪੰਜਾਬ ਸਰਕਾਰ ਕਿਉਂ ਡੈਫਰ ਕਰ ਰਹੀ ਵਾਰ ਵਾਰ ਰਾਜਸਥਾਨ ਤੋਂ, ਕਿਉਂ ਨਹੀਂ ਪਾਣੀ ਵਸੂਲਿਆ ਜਾਂ ਪੈਸੇ ਲਏ ਜਾ ਰਹੇ ਨੇ? ਬਿਕੋਜ਼ ਇਹ ਗੱਲ ਰਾਈਟ ਇਨ ਦਾ 50s, ਇਹ ਜਦੋਂ ਰਾਜਸਥਾਨ ਨੂੰ ਪਾਣੀ ਚਾਰਜ ਕੀਤਾ ਸੀ ਗਵਰਨਮੈਂਟ ਆਫ ਇੰਡੀਆ ਨੇ, ਉਦੋਂ ਫੈਸਲਾ ਕੀਤਾ ਸੀ ਐਟ ਦ ਟਾਈਮ ਆਫ ਗੁਲਜ਼ਾਰੀ ਲਾਲ ਨੰਦਾ ਜੀ ਕਿ ਦੇਰ ਵਿਲ ਬੀ ਨੋ ਮਨੀ ਚਾਰਜ ਇਨ ਇਟ ਸਟੇਟ ਟੂ ਸਟੇਟ ਬੇਸਿਸ, ਐਂਡ ਉਹੀ ਚੱਲ ਰਿਹਾ ਉਦੋਂ। ਡਾਕਟਰ ਸਾਹਿਬ, ਤੁਸੀਂ ਕਹਿ ਰਹੇ ਹੋ ਸਮਾਂ ਬਦਲਦਾ, ਇਸ ਮਾਮਲੇ ਇੱਕ ਵੀ ਗੱਲ ਬਦਲੀ ਜਾ ਸਕਦੀ ਹੈ? ਤੁਸੀਂ ਕਹਿ ਰਹੇ ਹਰ 10-15 ਸਾਲ ਬਾਅਦ ਇਹਨੂੰ ਚੇਂਜ ਕਰਨਾ ਹੁੰਦਾ ਜੇ ਪਾਣੀ ਘੱਟ ਵੱਧਦਾ? ਉਹ ਹੈ ਪਾਣੀ ਕਿੰਨਾ ਹੈ, ਉਹਦੀ ਵੰਡ ਕੈਸੇ ਹੋਏ, ਜਿੱਥੇ ਤਾਈਂ ਔਨ ਦੀ ਇਸ਼ੂ ਆਫ ਕਿ ਪੇਮੈਂਟ ਕਿਸੇ ਤੋਂ ਰਾਇਲਟੀ ਲੈਣੀ ਹੈ, ਦੈਟ ਇਜ਼ ਅ ਕੁਐਸਚਨ ਆਫ ਪਾਰਲੀਮੈਂਟ ਟੂ ਡਿਸਾਈਡ। ਦੇ ਵਿੱਚ ਮਤਾ ਆਪਣੀ ਸਦਨ ਨੇ ਪਾਸ ਕਰ ਚੁੱਕਿਆ ਸਰਬਸੰਮਤੀ ਨਾਲ ਬਿੱਲ ਬਿੱਲ ਵਸੂਲਣ ਵਾਸਤੇ ਰਾਜਸਥਾਨ ਅਤੇ ਔਰ ਅਦਰ ਸਟੇਟਸ ਤੋਂ ਜੀ। ਦੇਖੋ ਇਹ ਪਾਣੀ ਸਟੇਟ ਪੰਜਾਬ ਨਹੀਂ ਫੈਸਲਾ ਕਰ ਸਕਦਾ, ਰਾਜਸਥਾਨ ਇਨਵੋਲਵ ਹੈ, ਹਿਮਾਚਲ ਇਨਵੋਲਵ ਹੈ, ਦਿੱਲੀ ਇਨਵੋਲਵ ਹੈ, ਹਰਿਆਣਾ ਇਨਵੋਲਵ ਹੈ।
ਬਾਕੀ ਨਰਮਦਾ ਵਾਟਰ ਹੈ, ਕਾਵਰੀ ਵਾਟਰ ਹੈ, ਦਿਸ ਹੈਜ਼ ਟੂ ਬੀ ਅ ਪਾਰਲੀਮੈਂਟਰੀ ਡਿਸੀਜ਼ਨ। ਜਿਹੜਾ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਿਆ ਜੀ, ਉਹਦਾ ਫਿਰ ਰਿਵੀਜ਼ਨ ਪਟੀਸ਼ਨ ਪਊਗੀ ਜਾਂ ਕੀ? ਲੈਟ ਅਸ ਸੀ ਹੁਣ ਕੀ ਹੁੰਦਾ। ਹੁਣ ਦੇਖੋ ਪੰਜਾਬ ਸਾਰਾ ਇਕੱਠਾ ਹੋਇਆ, ਇਕੱਠਾ ਹੋਇਆ ਔਨ ਅ ਵੈਰੀ ਮੇਜਰ ਅਹਿਮ ਇਸ਼ੂ, ਔਰ ਇਹ ਹੁਣ ਅਸੀਂ ਪ੍ਰਾਈਮ ਮਿਨਿਸਟਰ ਤੋਂ ਟਾਈਮ, ਇੰਸੀਡੈਂਟਲੀ ਪ੍ਰਾਈਮ ਮਿਨਿਸਟਰ ਤੋਂ ਅਸੀਂ ਟਾਈਮ ਮੰਗਾਂਗੇ ਔਰ ਅਸੀਂ ਆਲ ਪਾਰਟੀ ਮੀਟਿੰਗ ਤੋਂ ਆਲ ਪਾਰਟੀ ਡੈਲੀਗੇਸ਼ਨ ਉਹਨਾਂ ਨੂੰ। ਸਰ ਪਾਰਟੀ ਬਾਹਰ ਧਰਨਾ ਦੇ ਰਹੀ ਹੈ ਸਰ, ਸਿਮਰਜੀਤ ਸਿੰਘ ਬੈਂਸ ਧਰਨੇ ਤੇ ਬੈਠੇ ਨੇ, ਸਾਨੂੰ ਸੱਦਿਆ ਹੀ ਨਹੀਂ ਗਿਆ, ਸਾਡੇ ਦੋ MLA ਨੇ, ਜਦੋਂ ਕਿ ਬਸਪਾ ਵਾਲੀਆਂ ਪਾਰਟੀਆਂ ਨੇ। ਪਾਰਟੀਜ਼ ਜਿਹੜੀਆਂ ਰੈਗੂਲਰ ਪਾਰਟੀਜ਼ ਨੇ ਜੋ ਇਲੈਕਸ਼ਨ ਕਮਿਸ਼ਨ ਰੈਕਗਨਾਈਜ਼ ਕਰਦੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ। ਕੈਪਟਨ ਸਾਹਿਬ, ਇੱਕ ਪੰਜਾਬ ਦੀ ਬੜੀ ਵੱਡੀ ਪ੍ਰੋਬਲਮ ਹੈ, ਪੰਜਾਬ ਦਾ ਪਾਣੀ ਕਹਿੰਦੇ ਹਰ ਸਾਲ 1.5 ਫੁੱਟ ਡੂੰਘਾ ਹੋ ਰਿਹਾ। ਪੰਜਾਬ ਦਾ ਪਾਣੀ ਹਰ ਸਾਲ 1.5 ਫੁੱਟ ਦਾ ਲੈਵਲ ਘੱਟ ਰਿਹਾ ਧਰਤੀ ਦਾ ਪਾਣੀ, ਉਹਦੇ ਲਈ ਵੀ ਕੋਈ ਆਪਾਂ ਅੱਜ ਉਹੀ ਇਸ਼ੂ ਨੇ, ਦੋਨੋਂ ਇਸ਼ੂ, ਰਿਵਰ ਇਸ਼ੂ ਵੀ ਸੀ, ਰਿਵਰ ਵਾਟਰ ਧਰਤੀ ਚਾਹੁੰਦਾ। ਅਸੀਂ ਡਿਸਾਈਡ ਕੀਤਾ ਕਿ ਹਰ 6-6 ਮਹੀਨੇ ਬਾਅਦ ਅਸੀਂ ਕੈਪਟਨ ਸਾਹਿਬ ਟੂ ਰਿਵਿਊ ਜਿਹੜਾ ਕੁਛ ਕੈਪਟਨ ਸਾਹਿਬ ਸੈਂਟਰ ਦੇ ਸਜੈਸ਼ਨ ਹੋਰ ਚੀਜ਼ਾਂ ਦੇ ਵੀ ਆਈਆਂ ਨੇ ਕੈਪਟਨ ਸਾਹਿਬ, ਪੀਐਮ ਦਾ ਤਾਂ ਮੈਂ ਕਹਿਤਾ ਕੈਪਟਨ ਸਾਹਿਬ, ਪ੍ਰਾਈਮ ਮਿਨਿਸਟਰ ਆਲ ਪਾਰਟੀ ਡੈਲੀਗੇਸ਼ਨ ਮੀਟ ਕੈਪਟਨ ਸਾਹਿਬ ਸੈਂਟਰ, ਚਾਹੇ ਕਾਂਗਰਸ ਰੂਲ ਕਰਦੀ ਰਹੀ ਹੈ ਚਾਹੇ ਬੀਜੇਪੀ ਰੂਲ ਕਰਦੀ, ਪੰਜਾਬ ਦੇ ਨਾਲ ਪਾਣੀਆਂ ਦੇ ਮਸਲੇ 'ਚ ਹਮੇਸ਼ਾ ਧੱਕਾ ਰਿਹਾ, ਔਰ ਹੁਣ ਸ਼੍ਰੀ ਜਿਹੜੀ ਸੈਂਟਰ ਸਰਕਾਰ ਅਟਲ ਭੂਜਲ ਜਿਹੜੀ ਸਕੀਮ ਉਹਦੇ ਜੋ ਪੰਜਾਬ ਨੂੰ ਬਾਹਰ ਕੱਢਿਆ ਗਿਆ, ਕੀ ਕਹੋਗੇ ਜੀ? ਆਈ ਥਿੰਕ ਵੀ ਹੈਵ ਆਲਰੇਡੀ ਰਿਟਨ ਟੂ ਦ ਪ੍ਰਾਈਮ ਮਿਨਿਸਟਰ ਔਰ ਦਿਸ ਇਸ਼ੂ, ਮੈਂ ਲਿਖ ਚੁੱਕੇ ਹਾਂ ਔਰ ਉੱਥੋਂ ਮੈਨੂੰ ਜੋ ਸਾਨੂੰ ਆਵਾਜ਼ ਆ ਰਹੀ ਹੈ ਉਹ ਪੰਜਾਬ ਨੂੰ ਵਿੱਚ ਪਾਉਣ। ਸਰ ਸਰ 16 ਸਾਲ ਪਹਿਲਾਂ ਤੁਹਾਡੀ ਗਵਰਨਮੈਂਟ ਵੇਲੇ ਅਨਲਮੈਂਟ ਆਫ ਵਾਟਰ ਐਗਰੀਮੈਂਟਸ ਬਿੱਲ ਪਾਸ ਹੋਇਆ ਸੀ, ਉਹਦਾ ਉਸ ਵਰਗਾ ਕੋਈ ਹੋਰ ਬਿੱਲ ਕੀ ਆਲ ਪਾਰਟੀ ਮੀਟਿੰਗ ਦੀ ਸਹਿਮਤੀ ਦੇ ਨਾਲ ਨਹੀਂ ਕੀਤਾ ਜਾ ਸਕਦਾ? ਦੇਖੋ ਇਹ ਹਾਲੇ ਤਾਂ ਤੁਸੀਂ ਤਾਂ 4 ਗੁਣ ਅੱਗੇ ਵੱਧ ਗਏ, ਥੋੜਾ ਆਰਾਮ ਨਾਲ ਮੈਂ ਨਿਬੇੜ ਲਾਂਗੇ ਬਾਬਾ ਸਾਹਿਬ। ਥੈਂਕ ਯੂ ਜੀ, ਬਹੁਤ ਬਿਊਰੋ ਰਿਪੋਰਟ ਪੰਜਾਬ ਟੂਡੇ।